दैनिक सवेरा अंधेरे से उजाले की ओर। समाज सेविका स्नेह गुप्ता द्वारा वार्ड नंबर 7 के लोगों की समस्याओं को सुना गया। इस दौरान उन्होंने लोगों को आने वाली समस्याओं को जल्द से जल्द हल करवाने का आश्वासन दिया। वहीं इस दौरान इलाके की पानी की समस्या से जूझते लोगों को स्नेह गुप्ता द्वारा निजात दिलाई गई। स्नेह गुप्ता जी का बहुत शुक्रिया अदा करते हैं जी। इन्होंने साड़ी बहुत मुश्किल हल की। इन्होंने साड़ी इन्ने चिर तो असं बाहरों पानी लियांदे सी, हुण सानूं घर घर उन्होंने सुविधा देती पानी दी। ਅਸੀਂ ਇਹ ਕਹਿੰਦੇ ਵੀ ਸਾਨੂੰ ਜਿੰਨੀਆਂ ਵੀ ਲੇਡੀ ਆ ਨਾ ਸਾਨੂੰ ਇੱਥੇ ਕੋਈ ਕੰਮ ਕਾਰ ਖੋਲ੍ਹ ਕੇ ਦੇਣ, ਵੀ ਅਸੀਂ ਬਹੁਤ ਵੀ ਔਖੇ ਹਾਂ ਬਾਹਰ ਜਾਣ ਪੈਂਦੇ ਤੋਂ ਕੰਮ ਕਰਨ ਵਾਸਤੇ ਬਾਹਰ ਜਾਣੇ ਪੈਂਦਾ ਸਾਨੂੰ। ਮੈਂ ਵਾਰਡ ਨੰਬਰ 7 ਸੇ ਸਨੇਹ ਗੁਪਤਾ। ਯਹਾਂ ਕੇ ਲੋਗੋਂ ਕੀ ਪਾਣੀ ਕੀ ਬਹੁਤ ਸਮੱਸਿਆ ਥੀ, ਹਮਨੇ ਵੋ ਸੋਲਵ ਕਰਵਾ ਦੀ ਹੈ। ਆਗੇ ਇਨਕੀ ਜੋ ਜੋ ਵੀ ਸਮੱਸਿਆਏ ਹੋਂਗੀ ਹਮ ਹਰ ਸਮੱਸਿਆ ਕਾ ਸਮਾਧਾਨ ਨਿਕਾਲਨੇ ਕੀ ਕੋਸ਼ਿਸ਼ ਕਰੇਂਗੇ। ਇਨਕੋ ਮੇਨ ਰੋਜ਼ਗਾਰ ਕੀ ਸਮੱਸਿਆ ਹੈ, ਵੋ ਵੀ ਹਮ ਇਨਕਾ ਸਮਾਧਾਨ ਨਿਕਾਲੇਂਗੇ। ਰੋਜ਼ਗਾਰ ਕੇ ਸਾਥ ਸਾਥ ਯਹਾਂ ਕੇ ਲੋਗੋਂ ਕੀ ਸਮੱਸਿਆ ਹੈ ਕਿ ਯਹਾਂ ਸੜਕ ਬਨਵਾਈ ਜਾਏ, ਰਾਸਤੇ ਬਹੁਤ ਕੱਚੇ ਹੈ, ਤੋ ਇਸਕੋ ਵੀ ਹਮ ਸੁਧਾਰ ਕਰੇਂਗੇ, ਸੜਕਾਂ ਬਨਵਾਏਂਗੇ। ਔਰ ਬੱਚੇ ਯਹਾਂ ਇੱਕ ਗਰਾਊਂਡ ਬਨਵਾਨਾ ਚਾਹਤੇ ਹੈ ਖੇਲਨੇ ਕੇ ਲੀਏ, ਤੋ ਉਸਕਾ ਵੀ ਹਮ ਹੱਲ ਨਿਕਾਲ।